ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਵੀ ਆ ਰਹੀਆਂ ਸੀਗੀਆਂ, ਉਹਦੇ ਬਾਰੇ ਕੀ ਹੈ? ਦੇਖੋ, ਫੇਸਬੁੱਕ ਨੇ ਤੇ ਕੁਲਤਾਰ ਸਿੰਘ ਸੰਧਵਾ ਨੂੰ ਚੀਫ ਮਿਨਿਸਟਰ ਬਣਾ ਦਿੱਤਾ ਸੀਗਾ ਸਰ। ਸਿਕਿਉਰਿਟੀ ਇਦਾਂ ਹੋ ਗਿਆ, ਉਦਾਂ ਹੋ ਗਿਆ। ਤਾਂ ਚਲੋ, ਦੇਖੋ ਗੱਲ ਇਹ ਆ ਕਿ ਬਈ ਸੁਖਮ ਸਾਹਿਬ, ਕਈ ਵਾਰ ਕੀ ਹੁੰਦਾ ਕਿ ਚੈੱਕ ਕੀਤਾ ਜਾਂਦਾ ਹੈ ਜੀ। ਮੈਨੂੰ ਇਉਂ ਲੱਗਾ ਕਿ ਮੈਨੂੰ ਇੱਕ ਕਿਸੇ ਸੱਜਣ ਦਾ ਸੁਨੇਹਾ ਵੀ ਆਇਆ ਸੀਗਾ, ਅਤੇ ਗੱਲ ਇਹ ਆ ਕਿ ਹੁਣ ਹੋ ਸਕਦਾ ਕਿ ਦਿੱਲੀ ਵਾਲਿਆਂ ਨੇ ਵੇਖਿਆ ਹੋਵੇ ਕਿ ਮਾਨ ਸਾਹਿਬ ਦੇ ਨਾਲ ਕਿੰਨਾ ਕੁ ਸਮਰਥਨ ਖਲੋਤਾ ਹੈ। ਮੈਂ ਜਿਵੇਂ ਅੱਗੇ ਵੀ ਕਿਹਾ ਸੀਗਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ, ਮਾਨ ਸਾਹਿਬ ਨੇ ਬਹੁਤ ਭੱਜ ਨੱਠ ਕੀਤੀ ਹੈ ਇਸ ਪਾਰਟੀ ਵਾਸਤੇ। ਤਾਂ ਜਿਹੜਾ ਬੰਦਾ ਕੋਈ ਮੰਨ ਲਓ 10-12 ਸਾਲ ਕਿਸੇ ਪਾਰਟੀ ਵਾਸਤੇ ਭੱਜਿਆ ਨੱਠਿਆ ਹੋਵੇ, ਉਹਦਾ ਇੱਕ ਸਮਰਥਨ ਵੀ ਤਾਂ ਹੋਏਗਾ ਨਾ। ਬਿਲਕੁਲ। ਪਰ ਮਿਹਨਤਾਂ ਦੂਜਿਆਂ ਨੇ ਵੀ ਬਹੁਤ ਕੀਤੀਆਂ ਸੀਗੀਆਂ ਜਿਹੜੇ ਇੱਥੋਂ ਰਵਾਨਾ ਕਰ ਦਿੱਤੇ ਜੀ। ਖੈਰ ਚਲੋ, ਉਹ ਆਪਣਾ ਇਸ ਵੇਲੇ ਦਾ ਮੌਸੂ ਨਹੀਂ ਹੈ। ਮੇਰੇ ਖਿਆਲ ਦੇ ਨਾਲ ਇਹ ਸ਼ਾਇਦ ਚੀਜ਼ਾਂ ਹੋ ਸਕਦਾ ਕਿ ਅਸਲੀਅਤ 'ਚ ਵੀ ਥੋੜ੍ਹੀ ਬਹੁਤੀ ਸਿਕਿਉਰਿਟੀ 'ਚ ਹਿਲਜੁਲ ਪੈਦਾ ਕਰ ਦਿੱਤੀ ਗਈ ਹੋ ਜੀ। ਮੈਨੂੰ ਨਹੀਂ ਪਤਾ ਹੋਈ ਹੈ ਕਿ ਨਹੀਂ, ਹੋ ਸਕਦਾ ਹੋ ਗਈ ਹੋਵੇ ਜੀ। ਮੈਂ ਫੇਸਬੁੱਕ 'ਤੇ ਵੀ ਜਿੰਨਾ ਵੀਰਾਂ ਨੇ ਕੋਈ ਦਾਅਵੇ ਕੀਤੇ, ਮੈਂ ਉਹਨਾਂ ਨੂੰ ਵੀ ਰੱਦ ਨਹੀਂ ਕਰਦਾ। ਪਰ ਇਹ ਵੀ ਤਾਂ ਹੋ ਸਕਦਾ ਨਾ ਕਿ ਸਾਰੀਆਂ ਚੀਜ਼ਾਂ ਪਲਾਂਟ ਕੀਤੀਆਂ ਗਈਆਂ। ਹਾਂ ਬਿਲਕੁਲ, ਕਿ ਬਈ ਦੇਖੀਏ ਤਾਂ ਸਹੀ ਕਿ ਕਿੰਨਾ ਕੁ ਸਮਰਥਨ ਹੈ। ਪਰ ਇਹ ਤੁਸੀਂ ਨੋਟ ਕੀਤਾ ਹੋਏਗਾ ਕਿ ਜਦ ਤੱਕ ਪਾਠਕ ਸਾਹਿਬ ਇੱਥੇ ਨਹੀਂ ਪਹੁੰਚੇ ਮੋਹਾਲੀ ਜੀ, ਮਾਨ ਸਾਹਿਬ ਦੀ ਜਾ ਕੇ ਉਹਨਾਂ ਨੇ ਤੇਮਾਰਦਾਰੀ ਨਹੀਂ ਕੀਤੀ, ਤਦ ਤੀਕਰ ਕੋਈ ਵੀ MLA ਕੋਈ ਵੀ ਮੰਤਰੀ ਖੁੱਲ੍ਹੇ ਰੂਪ 'ਚ ਨਹੀਂ ਗਿਆ ਉੱਥੇ। ਬਿਲਕੁਲ। ਹਾਂ, ਰਾਤ ਦੇ ਹਨੇਰੇ 'ਚ ਉੱਥੇ ਗੱਡੀਆਂ ਕਰੋੜ ਕਰੋੜ ਦੀਆਂ, 2-2 ਕਰੋੜ ਦੀਆਂ ਗਈਆਂ, ਇਹ ਮੈਂ ਤੁਹਾਨੂੰ ਦੱਸ ਅੱਗੇ ਵੀ ਸ਼ਾਇਦ ਦੱਸਿਆ ਸੀ ਅਤੇ ਅੱਜ ਵੀ ਦੱਸ ਦਿੰਦਾ ਜੀ ਕਿ ਬੇਸਮੈਂਟ ਏਰੀਏ ਥਾਂ ਨਹੀਂ, ਮਤਲਬ ਕਿ ਇੱਧਰ ਉੱਧਰੋਂ ਬੰਦੇ ਗਏ ਨੇ ਜੀ। ਹੁਣ ਖੁੱਲ੍ਹੇ ਰੂਪ 'ਚ ਮੈਂ ਕਹਿ ਰਿਹਾ ਕਿ ਖੁੱਲ੍ਹੇ ਰੂਪ ਦੇ ਵਿੱਚ ਤਾਂ ਕੋਈ ਉੱਥੇ ਜਾ ਕੇ ਨਹੀਂ ਵੜਿਆ। ਜਿਵੇਂ ਪਾਠਕ ਸਾਹਿਬ ਦੀ ਕਹਿ ਲਓ ਆਮਦ ਹੁੰਦੀ ਹੈ, ਆਮਦ ਨੂੰ ਗੱਲੀ ਲਾ ਲਾ ਕਿਹੜਾ ਕੁਝ ਕਹਿੰਦੇ ਆ, ਤਾਂ ਜਦੋਂ ਜਾ ਕੇ ਇਹਨਾਂ ਨੇ ਗੱਲੀ ਲਾਇਆ ਤੇ ਫਿਰ ਯਕਦਮ ਤੁਸੀਂ ਦੇਖੋ ਸੰਧਵਾਂ ਸਾਹਿਬ, ਸ਼ਾਇਦ ਚੀਮਾ ਸਾਹਿਬ ਵੀ ਗਏ ਨੇ, ਤਾਂ ਇਹ ਸਾਰੇ ਫਰੇਮ ਦੇ ਵਿੱਚ ਆ ਗਿਆ ਵੱਡੇ ਚਿਹਰੇ ਕਿ ਹਾਂਜੀ ਬਾਈ, ਮਤਲਬ ਕਿ ਇੱਥੋਂ ਤੱਕ ਕਿ ਆਪਣੇ ਜਿਹੜੇ ਮੰਤਰੀ ਨੇ ਖੁੱਡੀਆਂ ਸਾਹਿਬ, ਉਹ ਗੁਰੂ ਘਰ ਚਲੇ ਗਏ, ਕਹਿੰਦੇ ਜੀ ਮੈਂ ਉਹਨਾਂ ਦੀ ਸਿਹਤ ਯਾਬੀ ਵਾਸਤੇ ਦੁਆ ਕਰਨਾ ਹੈ, ਅਰਦਾਸ ਕਰਨਾ ਹੈ। ਪਰ ਸਲਾਮਤੀ ਵਾਸਤੇ ਦੁਆ ਅਰਦਾਸ 4 ਦਿਨ 3 ਦਿਨ ਨਹੀਂ ਹੋਈ ਖੁੱਲ੍ਹੇ ਰੂਪ 'ਚ? ਇਹ ਵੀ ਇੱਕ ਪ੍ਰਸ਼ਨ ਹੈ ਨਾ ਸਾਹਿਬ, ਬੜਾ ਇੰਟਰਸਟਿੰਗ ਹੈ ਨਾ। ਤੁਸੀਂ ਇਹ ਚੀਜ਼ਾਂ ਦੇਖੋ ਕਿ ਪਾਠਕ ਸਾਹਿਬ ਦਾ ਉੱਥੇ ਜਾ ਕੇ ਬੈਠਣਾ ਤੇ ਨਾਲ ਦੀ ਨਾਲ ਇਹ ਖਬਰ ਆ ਜਾਣੀ ਜੀ, ਫਲਾਣਾ ਵੀ ਗਿਆ, ਚਲਾ ਫਲਾਣਾ। ਹਾਲਾਂਕਿ ਪ੍ਰਗਟ ਸਿੰਘ ਨੇ ਬਹੁਤ ਅੱਛਾ ਦਿਲ ਕੱਢਿਆ ਬਾਈ, ਉਹ ਗਏ ਵਿਰੋਧੀ ਧਿਰ ਦੇ ਹੋ ਕੇ ਵੀ ਜੀ ਜੀ ਜੀ। ਤੇ ਚਲੋ, ਉਸ ਤੋਂ ਬਾਅਦ ਇਹ ਖਬਰਾਂ ਆ ਜਾਣੀਆਂ ਕਿ ਫਲਾਣਾ ਮੰਤਰੀ ਵੀ ਪਹੁੰਚਿਆ, ਫਲਾਣਾ ਵੀ ਪਹੁੰਚਿਆ, ਤੇ ਨਾਲ ਹੀ ਇਹ ਖਬਰ ਆ ਜਾਣੀ ਕਿ ਬਈ ਮਾਨ ਸਾਹਿਬ ਨੂੰ ਛੁੱਟੀ, ਯਾਨੀ ਹਸਪਤਾਲ ਵਾਲੇ ਸ਼ਾਇਦ ਪਾਠਕ ਸਾਹਿਬ ਨੂੰ ਉਡੀਕ ਰਹੇ ਸੀਗੇ ਛੁੱਟੀ ਕਰੀ ਵੀ ਉਹ ਆਉਣਗੇ ਤੇ ਛੁੱਟੀ ਲੈ ਕੇ ਜਾਣਗੇ, ਸ਼ਾਇਦ ਕੋਈ ਪੈਸਾ ਧੇਲੇ ਦਾ ਹਿਸਾਬ ਕਿਤਾਬ ਉਹਨਾਂ ਨੇ ਕਰਨਾ ਹੋਏਗਾ। ਤੇ ਮਾਨ ਸਾਹਿਬ ਉੱਥੇ ਕੈਪ ਪਾ ਕੇ ਗੱਡੀ 'ਚ ਉਹ ਤੇ ਭੱਜ ਕੇ ਵੜੇ, ਨਾਲ ਹੀ ਉਹਨਾਂ ਨੇ ਘੰਟੇ ਬਾਅਦ ਮੀਟਿੰਗ ਲੈ ਲਈ ਜੀ। ਇਹ ਚੀਜ਼ਾਂ ਤੁਸੀਂ ਦੇਖੋ ਨਾ ਕਿ ਹਿਸਾਬ ਕਿਤਾਬ ਕੀ ਹੈ, ਕਿ ਪਾਠਕ ਸਾਹਿਬ ਆਉਂਦੇ ਆ, ਛੁੱਟੀ ਹੁੰਦੀ ਆ, ਨਾਲ ਦੀ ਨਾਲ ਬੈਠਕਾਂ ਦਾ, ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਉਹ ਵੀ 4 ਦਿਨਾਂ ਬਾਅਦ ਬੰਦਾ ਫਿਰ ਇੱਕਦਮ ਇੰਨਾ ਐਕਟਿਵ ਹੋ ਜਾਂਦਾ। ਮੈਂ ਕਹਿੰਦਾ ਜੀ, ਉਹ ਮਾਨ ਸਾਹਿਬ ਤੇ ਐਕਟਿਵ ਮੋਡ 'ਚ ਆ ਗਏ ਹੋਣੇ ਜਦੋਂ ਉਹਨਾਂ ਨੇ ਕਿਹਾ ਹੋਏਗਾ ਕਿ ਕੁਛ ਨਹੀਂ ਹੋਤਾ ਮਾਨ ਸਾਹਿਬ।
ਭਗਵੰਤ ਜੀ ਆਪ ਸੀਐਮ ਰਹੋਗੇ ਤਾਂ ਮਾਨ ਸਾਹਿਬ ਤਾਂ ਬੈੱਡ ਤੋਂ ਛਾਲ ਮਾਰ ਕੇ ਉੱਠਣਗੇ ਕਿਉਂ ਨਹੀਂ। ਤਾਂ ਆਪਾਂ ਪਹਿਲਾਂ ਹੀ ਕਿਹਾ ਸੀਗਾ ਕਿ ਮਾਨ ਸਾਹਿਬ ਹਾਲੇ ਨਹੀਂ ਜਾ ਰਹੇ ਜੀ। ਇਹ ਗੱਲ ਅਸੀਂ ਕਈ ਦਿਨ ਤੋਂ ਕਹਿ ਰਹੇ ਸੀਗੇ ਕਿ ਹਾਂ ਠੀਕ ਆ, ਤਿਆਰੀ ਹੈਗੀ ਸੀਗੀ ਪਰ ਫਿਲਹਾਲ, ਕਿਉਂਕਿ ਦੇਖੋ ਆਪਾਂ ਕੋਈ ਵੱਡੇ ਤੋਪਚੀ ਨਹੀਂ ਹੈਗੇ ਜੀ, ਅਸੀਂ ਕੋਈ ਵੱਡੀਆਂ ਤੋਪਾਂ ਨਹੀਂ ਹੈ, ਸਾਡੀ ਸੀਮਤ ਜੀ ਕਹਿ ਲਓ ਕਿ ਹਾਈ ਵਰਲਡ ਦੀ ਦੁਨੀਆ, ਅਸੀਂ ਉਸ ਸੀਮਤ ਜੀ ਦੁਨੀਆ 'ਚੋਂ ਹੀ ਗਾਂਹ ਜਾ ਕੇ ਜਾਣਕਾਰੀ ਹਾਸਲ ਕਰਦੇ, ਇਕੱਤਰ ਕਰਦੇ। ਸਾਡੀ ਜਾਣਕਾਰੀ ਇਹ ਕਹਿੰਦੀ ਸੀਗੀ ਕਿ ਨਹੀਂ, ਹਿਕਮਤ ਅਮਲੀ ਇਹ ਆ ਕਿ ਮਾਨ ਸਾਹਿਬ ਨੂੰ ਟਾਈਮ ਦਿੱਤਾ ਜਾਵੇ ਜੀ। ਤਾਂ ਮੈਨੂੰ ਲੱਗਦਾ ਕਿ ਉਹ ਟਾਈਮ, ਜਿਵੇਂ ਆਪਾਂ ਕਹਿੰਦੇ ਨਾ ਕਾਊਂਟਡਾਊਨ, ਕਿ ਅਬ ਟਾਈਮ ਸ਼ੁਰੂ ਹੋਇਆ, ਉਹ ਟਾਈਮ ਪਾਠਕ ਸਾਹਿਬ ਨੇ ਸ਼ੁਰੂ ਕਰਵਾਤਾ ਹੈ। ਤਦੇ ਹੀ ਇਹ ਇੰਨਾ ਜ਼ਿਆਦਾ ਇੱਕਦਮ ਕੰਮ ਖਿੱਚਦੇ ਨਜ਼ਰ ਆਏ ਤੁਹਾਨੂੰ ਜੀ, ਕਿ ਕੋਈ ਬੰਦਾ ਹਸਪਤਾਲ 'ਚੋਂ ਸਿੱਧਾ ਘਰ ਨਾ ਜਾ ਕੇ, ਕਹਿ ਲਓ ਕਿ ਆਪਣੇ ਜਿਹੜੇ ਜੀ ਆ ਉਹਨਾਂ 'ਚ ਬੈਠਣ ਦੀ ਥਾਂ 'ਤੇ ਜਾ ਕੇ ਸਿੱਧਾ ਕੰਮ 'ਤੇ ਆਉਂਦਾ ਹੈ। ਤੁਸੀਂ ਸਮਝ ਸਕਦੇ ਹੋ, ਬਿਲਕੁਲ। ਮੈਂ ਖੁਦ ਇਹ ਗੱਲ ਸੋਚ ਰਿਹਾ ਸੀ ਕਿ ਬਾਈ ਕੀ ਕਾਰਨ ਹੋਇਆ, ਪਰ ਮੈਂ ਦੱਸਦਾ ਤੁਹਾਨੂੰ ਕਿ ਫਿਰ ਸ਼ਾਇਦ ਜਿਵੇਂ ਕਾਊਂਟਡਾਊਨ ਜਿਹੜਾ ਵੀ ਹਾਂ ਤੁਹਾਨੂੰ ਇੰਨਾ ਕੁ ਸਮਾਂ ਦੇਵਾਂਗੇ ਅਸੀਂ, ਤਾਂ ਫਿਰ ਹੋ ਸਕਦਾ ਕਿ ਬਾਈ ਉਹ ਸ਼ੁਰੂ ਹੋ ਗਿਆ ਹੋਵੇ ਜੀ। ਹੁਣ ਇੱਕ ਚੀਜ਼ ਹੋਰ ਸੁਣਨ ਨੂੰ ਮਿਲ ਰਹੀ ਹੈ ਸਾਹਿਬ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੋ ਸਕਦਾ ਕਿ ਇਹ ਝਟਕਾ ਦੇਖ ਕੇ ਉਹਨਾਂ ਨੇ ਚੈੱਕ ਕੀਤਾ ਹੋਵੇ, ਅਤੇ ਮਾਨ ਸਾਹਿਬ ਦੇ ਨਾਲ ਖੁੱਲ੍ਹੇ ਰੂਪ 'ਚ ਕੋਈ ਸਮਰਥਨ ਗਿਆ ਨਹੀਂ ਹੈ ਜੀ। ਇਹ ਗੱਲ ਨਿਚੋੜ ਦੇ ਰੂਪ 'ਚ ਹੈ। ਹੁਣ ਦੂਜੀ ਚੀਜ਼ ਜਿਹੜੀ ਇਸ ਮਾਮਲੇ 'ਚ ਅੱਜ ਇੱਕ ਹੋਰ ਵੇਖਣ ਵਾਲੀ ਹੈ, ਜਦੋਂ ਤੁਸੀਂ ਦੈਨਿਕ ਭਾਸਕਰ ਦੇ ਪਹਿਲੇ ਪੰਨੇ 'ਤੇ ਜਾਓਗੇ ਨਾ, ਉੱਥੇ ਸੱਜੇ ਹੱਥ ਗੁੱਟ 'ਚ ਇੱਕ ਖਬਰ ਲੱਗੀ ਆ ਜੀ। ਖਬਰ ਬੜੀ ਇੰਟਰਸਟਿੰਗ ਹੈ। ਖਬਰ ਇਹ ਕਹਿੰਦੀ ਆ ਕਿ ਜੀ ਇਹਨਾਂ ਦੇ ਨੇੜਿਓਂ ਸੱਜਿਓਂ ਖੱਬਿਓਂ ਜਿਹੜੇ ਸੀਗੇ ਮਾਨ ਸਾਹਿਬ ਦੇ, ਉਹਨਾਂ ਦੇ ਗਨਮੈਨ ਵਗੈਰਾ ਜਾਂ ਸਿਕਿਉਰਿਟੀ ਜਿਹੜੀ ਹੈ ਉਹ ਘਟਾਤੀ ਜਾਂ ਹਟਾਤੀ। ਇਸ ਤੋਂ ਵੀ ਅੱਗੇ ਜਾ ਕੇ ਉਸ ਸਟੋਰੀ 'ਚ ਇਹ ਦਾਅਵਾ ਕੀਤਾ ਗਿਆ ਸਰ ਕਿ ਮਾਲਵੇ ਦਾ ਇੱਕ ਵਿਧਾਇਕ ਜਿਹੜਾ ਕਬਜ਼ੇ ਕੁਬਜ਼ੇ ਵੀ ਕਰਵਾਉਂਦਾ ਹੈ, ਉਹਦੀ ਫਾਈਲ 'ਤੇ ਲਗਭਗ ਤਿਆਰ ਹੈ ਜੀ। ਇਸ ਤੋਂ ਇਲਾਵਾ ਮਾਝੇ ਅਤੇ ਦੁਆਬੇ ਦੇ ਕੁਛ ਵਿਧਾਇਕ ਆ, ਮਤਲਬ ਕਿ ਮੰਤਰੀਆਂ ਦੀ ਛੁੱਟੀ ਹੋ ਗਈ, OSD ਦੀ ਛੁੱਟੀ ਹੋ ਗਈ ਜੀ। ਉਸ ਤੋਂ ਬਾਅਦ ਬਈ ਮਾਨ ਸਾਹਿਬ ਤੇ ਇਮਾਨਦਾਰ ਹੋ ਸਕਦੇ ਆ, ਪਰ ਜਿਹੜੇ ਇਹਨਾਂ ਦੇ ਸੱਜੇ ਖੱਬੇ ਨੇੜਲੇ ਆ, ਨੇੜਲੇ ਆ ਬਿਲਕੁਲ, ਉਹਨਾਂ ਦੀ ਹੁਣ ਕਹਿ ਲਓ ਤਲਾਸ਼ੀ ਕਹਿ ਲਓ ਕਿ ਕੇਜਰੀਵਾਲ ਸਾਹਿਬ ਨੇ ਜੇਲੋਂ ਬਾਹਰ ਨਿਕਲ ਕੇ ਇਹ ਕੰਮ ਪਹਿਲੀਆਂ 'ਚ ਕੀਤਾ ਕਿ ਲਿਆਓ ਬਈ ਫੀਡਬੈਕ ਲਈਏ, ਸਹੀ ਫੀਡਬੈਕ ਲਈਏ, ਤੇ ਦਿੱਲੀ ਇਲੈਕਸ਼ਨ ਤੱਕ ਸਭ ਕੁਛ ਠੀਕ ਹੋਣਾ ਚਾਹੀਦਾ ਜੀ ਜੀ। ਤੇ ਠੀਕ ਇਹ ਤੇ ਤੁਹਾਨੂੰ ਪਤਾ ਹੀ ਆ ਕਿ ਕੇਜਰੀਵਾਲ ਸਾਹਿਬ ਠੀਕ ਨਜ਼ਰ ਆਉਣ ਵਾਸਤੇ ਨਾ ਬਲੀ ਬਹੁਤ ਜਲਦੀ ਲੈਂਦੇ ਹੁੰਦੇ ਆ ਕਿ ਬਾਈ ਅਸੀਂ ਨਹੀਂ ਕਿਸੇ ਨੂੰ ਬਖਸ਼ਦੇ, ਬਿਲਕੁਲ ਅਸੀਂ ਕਿਸੇ ਨੂੰ ਨਹੀਂ ਬਖਸ਼ਦੇ, ਪ੍ਰਮਾਣ ਵੀ ਤੇ ਦੇਣੇ ਹੁੰਦੇ ਆ ਬਈ। ਹਾਂਜੀ, ਇਹ ਖਬਰ ਵੀ ਅੱਜ ਕਹਿ ਲਓ ਕਿ ਹਾਲਾਂਕਿ ਫੇਸਬੁੱਕ 'ਤੇ ਇਹਦੀ ਚਰਚਾ ਘੱਟ ਹੋਈ ਆ, ਪਰ ਇਹ ਤੁਸੀਂ ਦੇਖੋ ਨਾਲ ਦੀ ਨਾਲ ED ਵਾਲਾ ਵੀ ਮਸਲਾ ਆ ਗਿਆ, 100 ਕਰੋੜ ਦੇ ਸਕੈਮ ਵਾਲਾ ਜੀ ਜੀ, ਕਿ ਉਹ ਹਰਜੋਤ ਸਿੰਘ ਬੈਂਸ ਵਾਲਾ ਜਿਹੜਾ ਮਾਮਲਾ ਸੀ ਤਥਾ ਕਥੇ ਤੌਰ 'ਤੇ ਜੋ ਜੋੜਿਆ ਜਾ ਰਿਹਾ ਸੀਗਾ ਕਿ ਉਹਦੇ ਵਿੱਚ ਵੀ ED ਨੇ ਕਾਗਜ਼ ਪੱਤਰ ਮੰਗ ਲਿਆ। ਤਾਂ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਸਾਰਾ ਕੁਝ ਚੱਲ ਰਿਹਾ ਹੋਵੇ ਤਾਂ ਫਿਰ ਤੁਹਾਨੂੰ ਸਭ ਅੱਛਾ ਹੈ ਦਿਖਾਉਣਾ ਪੈਂਦਾ ਹੈ, ਜਾਂ ਕਹਿ ਲਓ ਕਿ ਜਿੱਥੇ ਸਭ ਅੱਛਾ ਨਹੀਂ ਹੈ ਅਸੀਂ ਉੱਥੇ ਅੱਛਾ ਕਰ ਦਿੱਤਾ। ਆਲ ਇਜ਼ ਵੈਲ ਕਿ ਮਤਲਬ ਕਿ ਉਹ ਦੇਖੋ ਉਹ ਦਿਖਾਇਆ ਜਾਂਦਾ ਨਾ ਕਿ ਦੇਖੋ ਜੇ ਕਿਤੇ ਕਮੀ ਸੀ ਬਈ ਉਹ ਅਸੀਂ ਆਪ ਹੀ ਲੱਭੀ, ਆਪ ਹੀ ਢੂੰਡੀ ਆ ਅਤੇ ਆਪ ਹੀ ਅਸੀਂ ਚੱਕਤਾ ਫੱਟਾ। ਸੋ ਕੁੱਲ ਮਿਲਾ ਕੇ ਇਹ ਅੱਜ ਦੇ ਕਹਿ ਲਓ ਕਿ ਇੱਕ ਵੱਡਾ ਦਾਅਵਾ ਹੈ ਜਿਹੜੀ ਖਬਰ ਦੇ ਰੂਪ ਦੇ ਵਿੱਚ ਆਪਾਂ ਗੱਲ ਕੀਤੀ ਆ ਕਿ ਇਹਨਾਂ ਦੇ ਕੁਛ ਵਿਧਾਇਕ ਸ਼ਧਾਇਕ ਜਿਹੜੇ ਆ ਉਹਨਾਂ ਦਾ ਵੀ ਨੰਬਰ ਲੱਗ ਸਕਦਾ ਆਉਣ ਵਾਲਾ ਜੀ ਜੀ। ਇਹ ਕਿਹਦਾ ਬਈ ਹੁਣ
ਲੱਗਦਾ ਤੋ ਬਈ ਹੁਣ ਦੱਸ ਨਹੀਂ ਸਕਦੇ ਆਪਾਂ, ਆਪਣੇ ਕੋਲ ਕੋਈ ਸੂਚਨਾ ਵੀ ਨਹੀਂ। ਜਦੋਂ ਆਏਗੀ ਤਾਂ ਜ਼ਰੂਰ ਆਪਾਂ ਆਪਣੇ ਦੋਸਤਾਂ ਨਾਲ, ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਾਂਗੇ। ਜੀ ਜੀ, ਪਰ ਅੱਜ ਜਿਹੜੀਆਂ ਆਹ ਗੱਲਾਂ ਪਤਾ ਲੱਗੀਆਂ ਨੇ ਇਹ ਵੀ ਬਹੁਤ ਡੂੰਘੀਆਂ ਗਹਿਰੀਆਂ ਨੇ ਜੀ, ਕਿਉਂਕਿ ਆਪਾਂ ਤਾਂ ਸਿਰਫ ਇਹੀ ਸੋਚ ਰਹੇ ਸੀ ਕਿ ਸਿਹਤ ਦਾ ਮਾਮਲਾ ਹੈ ਅਤੇ ਕੁਛ ਵੋਟਾਂ ਦਾ ਮਾਮਲੇ ਕਰਕੇ ਵੀ ਇਹ ਗੱਲ ਰੁਕੀ ਹੋਈ ਹੈ। ਸਿਹਤ ਦਾ ਮਾਮਲਾ ਵੀ ਹੁੰਦਾ ਸਭ, ਸਿਆਸਤ ਦਾ ਮਾਮਲਾ ਵੀ ਬਹੁਤ ਤਾਂ ਇਹਨਾਂ ਦੇ ਵਧਾ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਪ੍ਰੋਬਲਮ ਦੱਸ ਦਿੰਦਾ। ਪ੍ਰੋਬਲਮ ਕੀ ਹੈ ਸਾਹਿਬ, ਹੁਣ ਫਿਰੋਜ਼ਪੁਰ ਤੋਂ ਮੈਨੂੰ ਮੇਰੇ ਇੱਕ ਦੋਸਤ ਨੇ ਫੋਨ ਕਰਕੇ ਕਹਾਣੀ ਦੱਸੀ ਜੀ ਕਿ ਇੱਕ ਬੰਦਾ ਸ਼ਖਸ ਉੱਥੇ ਜਾ ਕੇ, ਉੱਥੇ ਬੀ ਡੀ ਓ ਦਫ਼ਤਰ ਜਾਂ ਤਹਿਸੀਲ ਉੱਥੇ ਜਾ ਕੇ ਖਲੋ ਗਿਆ ਕਿ ਹਾਂ ਹਾਂ ਮੈਂ ਕਿਸੇ ਨੂੰ ਬਈ ਇੱਥੇ ਵੜਨੇ ਨਹੀਂ ਦੇਣਾ ਜੀ। ਹੁਣ ਉਹ ਗਏ ਕੋਈ ਦੂਜੀ ਪਾਰਟੀ ਵਾਲੇ, ਉਹਨਾਂ ਦੀ ਕਾਰ ਕੁਰ ਵੀ ਤੋੜ ਦਿੱਤੀ ਗਈ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਮਲਾ ਜੀ। ਅੱਛਾ, ਉਹ ਬੰਦਾ ਜੀ ਉਹ ਕਹਿੰਦੇ ਜੀ ਐਮ ਐਲ ਏ ਆਇਆ ਕੋਈ ਦੂਜੀ ਪਾਰਟੀ ਚੋਂ ਸ਼ਾਇਦ, ਇੱਦਾਂ ਦਾ ਕੁਛ ਹੋ ਜਾਂਦਾ ਨਾ, ਤਾਂ ਕੁਝ ਬੰਦੇ ਤਾਂ ਉਹਦੇ ਨਾਲ ਆ ਜਾਂਦੇ ਆ, ਕੁਝ ਯਾਨੀ ਜਿਹੜਾ ਸਥਾਨਕ ਐਮ ਐਲ ਏ ਆ ਉਹਦੇ ਨਾਲ ਇੱਕ ਟੀਮ ਵੀ ਆ ਜਾਂਦੀ ਹੈ। ਆ ਜਾਂਦੀ ਬਿਲਕੁਲ, ਉਹ ਉਹੀ ਟੀਮ ਹੁੰਦੀ ਹੈ ਜਿਨ੍ਹਾਂ ਨੇ ਪਹਿਲਾਂ ਪਿਛਲੇ ਰਾਜ ਦੇ ਵਿੱਚ ਕਹਿ ਲਓ ਕਿ ਬਈ ਚੰਨ ਚੜਾਏ ਹੁੰਦੇ ਆ ਜੀ, ਉਹ ਟੀਮ ਨਵਿਆਂ ਦੇ ਨਾਲ ਹੁੰਦੇ ਜੀ। ਉਹ ਮਤਲਬ ਕਿ ਕੁਛ ਨਹੀਂ, ਉਹ ਸਿਰਫ ਖੱਲ ਬਦਲ ਲੈਂਦੇ ਨੇ ਸਾਹਿਬ, ਠੀਕ ਹੈ ਨਾ ਜੀ ਜੀ ਜੀ। ਤਾਂ ਉਹ ਉਸੇ ਤਰ੍ਹਾਂ ਦੀ ਸ਼ਰਨ ਵੀ ਕਹਿ ਲਓ ਚਾਹੀਦੀ ਹੁੰਦੀ ਹੈ, ਤੇ ਲੋਕ ਫਿਰ ਇਹਨਾਂ ਚੀਜ਼ਾਂ ਨੂੰ ਦੇਖਦੇ ਨਹੀਂ ਕਿ ਇਹਨਾਂ ਨੇ ਸਾਡੇ ਛੇਤਰ ਪਿਛਲੀ ਸਰਕਾਰ ਵੇਲੇ ਵੀ ਮਾਰੇ, ਉਹੀ ਟੋਲਾ ਹੁਣ ਫੇਰ ਆ ਗਿਆ ਵੀ ਸਾਡੇ ਨਾਲ। ਤਾਂ ਇਸੇ ਤਰ੍ਹਾਂ ਮਤਲਬ ਕਿ ਉਹ ਮੈਂ ਕਹਾਣੀ ਸੁਣ ਰਿਹਾ ਸੀ, ਕਹਿੰਦੇ ਕਿ ਉਹ ਬੰਦਾ ਦੂਸਰੀ ਪਾਰਟੀ 'ਚ ਹੋਇਆ ਤਾਂ ਕਹਿੰਦਾ ਹੁਣ 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 ਆਮ ਆਦਮੀ ਪਾਰਟੀ 'ਚ ਮੈਂ ਤਾਂ ਅਸੀਂ ਸਰਪੰਚ ਸਾਡੇ ਬਰਾਬਰ ਕਿਵੇਂ ਬਣ ਜਾਊਗਾ। ਤਾਂ ਇਹ ਪ੍ਰੋਬਲਮਸ ਹੈਗੀਆਂ ਜੀ ਕਿ ਕੁਛ ਤੇ ਇਹਨਾਂ ਦੇ ਜਿਹੜੇ ਵਿਧਾਇਕ ਆਏ ਸੀਗੇ ਰਵਾਇਤੀ ਪਾਰਟੀਆਂ 'ਚੋਂ ਆ ਕੇ ਬਣੇ ਆ, ਤਾਂ ਉਹਨਾਂ ਦੇ ਨਾਲ ਕੁਛ ਬੰਦੇ ਆਏ ਆਏ ਜੀ 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 ਜਿਹੜੇ ਠੋਕਮ ਠੋਕ ਵੀ ਕਰਦੇ ਸੀ ਤੇ ਤਿਕੜਮ ਵੀ ਕਰਦੇ ਸੀ ਹੁਣ ਕੁਝ ਤੇ ਉਹਨਾਂ ਨੇ ਬੇੜਾ ਗਰਕ ਕਰ ਦਿੱਤਾ ਤੇ ਕੁਝ ਆਪਣੇ ਬੰਦੇ ਜਿਹੜੇ ਇਹਨਾਂ ਦੇ ਪਾਵਰ 'ਚ ਆਏ ਕੁਛ ਮਤਲਬ ਕਿ ਉਹ ਜਿੱਤ ਕੇ ਉਹਨਾਂ ਨੇ ਵੀ ਕਰ ਦਿੱਤਾ। ਸਭ ਤੋਂ ਵੱਡੀ ਕਿਤੇ ਨਾ ਕਿਤੇ ਕਹਿ ਲਓ ਕਿ ਇਹੀ ਕਸਰ ਆ। ਹੁਣ ਕੁਛ ਇਹਨਾਂ ਦੇ ਹੈਗੇ ਆ ਜਿਹੜੇ ਸ਼ਾਇਦ ਹੋ ਸਕਦਾ ਦੂਜੀ ਪਾਰਟੀ 'ਚੋਂ ਨਾ ਆਏ ਹੋਣ, ਪਰ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਆ ਕਿ ਉਹ ਦੂਜਿਆਂ ਨੂੰ ਵੀ ਮਾਤ ਪਾ ਦਿੰਦੇ। ਆ ਇੱਕ ਤਾਂ ਇਹਨਾਂ ਦਾ ਹੁਣ ਜੈਤੋਂ ਵਾਲਾ ਬੋਲਣ ਡਿਆ ਸੀ, ਕਹਿੰਦਾ ਭਾਈਚਾਰਕ ਸਾਂਝ, ਕਹਿੰਦਾ ਜੇ ਕੋਈ ਉਨੀ ਕੀ ਕਰੂਗਾ ਤਾਂ ਇਹ ਉਹਨੂੰ ਬੰਦਾ ਬਣਾ ਦੇ ਭਾਈਚਾਰਕ ਸਾਂਝ ਆ ਵੇਖ ਲਓ। ਤੇ ਉਹ ਕਮਾਲ ਦੀ ਗੱਲ ਆ ਕਿ ਥੱਲੇ ਚਕਾਰੇ ਛੱਡੀ ਜਾਂਦੇ ਨੇ ਲੋਕ, ਹੱਦ ਹੋ ਗਈ ਆ ਯਾਰ, ਹੱਦ ਹੋ ਗਈ ਆ। ਸੋ ਇਹ ਚੀਜ਼ਾਂ ਇਹ ਕਹਿ ਲਓ ਕਿਤੇ ਨਾ ਕਿਤੇ ਪ੍ਰੋਬਲਮ ਆਈ ਆ। ਬਿਲਕੁਲ ਜੀ ਬਿਲਕੁਲ, ਇੱਧਰ ਵੀ ਮਿੱਤਰ ਕਹਿ ਰਹੇ ਨੇ, ਬੈਣੀਪਾਲ ਜੀ ਕਹਿ ਰਹੇ ਨੇ ਕਿ ਮਾਨ ਸਾਹਿਬ ਲਈ ਦਿੱਲੀ ਦੇ ਕਿਸੇ ਲੀਡਰ ਨੇ ਕਹਿੰਦੇ ਟਵੀਟ ਨਹੀਂ ਕੀਤਾ, ਸਾਹਿਬ ਕੱਲ੍ਹ ਨੂੰ ਕਹਿ ਰਹੇ ਕਿ ਇਹਦਾ ਮਤਲਬ ਇਹ ਆ ਵੀ ਦਿੱਲੀ ਚਲਾਵੇ ਅਤੇ ਪੰਜਾਬ ਚੱਲੂ, ਨਹੀਂ ਤਾਂ ਕੋਈ ਹਿੱਲ ਵੀ ਨਹੀਂ ਸਕਦਾ। ਮੈਨੂੰ ਵੀ ਇਹੀ ਲੱਗਦਾ ਕਿ ਕਹਾਣੀ ਦਾ ਤੱਤ ਸਾਰ ਤੇ ਸਰ ਇਹੀ ਆ ਜੀ ਜੀ, ਕਿਉਂਕਿ ਸਾਡੇ ਕੋਲ ਆਪਣੇ ਪੈਰਾਂ 'ਤੇ ਖਲੋ ਕੇ ਕੰਮ ਕਰਨ ਜੋਗੀ ਤਾਕਤ ਹੀ ਨਹੀਂ ਬਚੀ ਸਾ, ਨਾ ਫਾਈਨੈਂਸ਼ਲੀ ਆ ਨਾ ਸਿਆਸੀ ਤੌਰ 'ਤੇ ਆ। ਸਿਆਸੀ ਤੌਰ 'ਤੇ ਵੀ ਤਾਂ ਅਸੀਂ ਬਹੁਤ ਕਮਜ਼ੋਰ ਹੈ ਨਾ ਸਾਹਿਬ, ਕੀ ਆ 13 MP ਉਹ ਵੀ ਵੱਖੋ ਵੱਖਰੀਆਂ ਪਾਰਟੀਆਂ ਦੇ ਬਣਦੇ ਆ ਜੀ। ਗੁਲਾਲ ਜੀ ਵੀ ਬੜੀ ਸੋਹਣੀ ਗੱਲ ਕਰ ਰਹੇ ਨੇ, ਇਹ ਕਹਿੰਦੇ ਹਰਿਆਣੇ ਦੀਆਂ ਵੋਟਾਂ ਤੋਂ ਬਾਅਦ ਖਲਾਰਾ ਫਿਰ ਪੈ ਜਾਣਾ ਜਿਵੇਂ, ਹੋ ਸਕਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੋ ਸਕਦਾ ਕਿ ਹਰਿਆਣਾ ਜਾਂ ਦਿੱਲੀ ਇਲੈਕਸ਼ਨ ਤੱਕ, ਮੇਰਾ ਮੰਨਣਾ ਇਹ ਆ ਕਿ ਸ਼ਾਇਦ ਹੋ ਸਕਦਾ ਦਿੱਲੀ ਇਲੈਕਸ਼ਨ ਤੱਕ ਵੀ ਕੋਈ ਵੱਡਾ ਉਲਟ ਫਿਰ ਨਾ ਹੋਵੇ ਜੀ ਜੀ ਜੀ, ਕਿ ਟਕਾ ਕੇ ਕੰਮ ਜਿਹੜਾ ਉਹ ਤੋਰਿਆ ਜਾਵੇ। ਹੋ ਸਕਦਾ ਜੀ ਗੱਡੀ ਲਈ ਚੜ੍ਹਦੇ ਦੁਆਰਾ। ਦੇਖੋ ਜਿਵੇਂ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਸੀ, ਕਹਿੰਦਾ ਕਿ ਮੈਂ ਜਿੰਨਾ ਕੁ ਜਾਣਦਾ ਬਈ ਹੋ ਸਕਦਾ ਮਾਨ ਸਾਹਿਬ ਤੇ ਬੋਲਣ ਵੀ ਨਾ ਜੀ, ਚੂੰ ਚਾਂ ਵੀ ਨਾ ਕਰਨ, ਸਿਹਤ ਦੇ ਆਧਾਰ ਤੇ ਚੁੱਪ ਕਰਕੇ ਪਾਸੇ ਹੋ ਜਾਣ। ਹੋ ਸਕਦਾ, ਇਹ ਵੀ ਹੋ ਸਕਦਾ, ਕਿਉਂਕਿ ਬਹੁਤ ਕੁਛ ਹੁੰਦਾ ਜੀ। ਇਹ ਤਾਂ ਪਾਰਟੀ ਦੀ ਜਿਹੜੀ ਹਾਈਕਮਾਨ ਹੈ ਨਾ, ਇਹਨਾਂ ਦੇ ਤਾਂ ਕੰਮ ਹੀ ਪਹਿਲਾਂ ਇਹ ਰਿਕਾਰਡਿੰਗਾਂ ਕਰਨੀਆਂ,
ਆ ਰਿਕਾਰਡਿੰਗ ਕਲਚਰ 'ਤੇ ਲੈ ਕੇ ਇਹ ਆਇਆ। ਪਤਾ ਨਹੀਂ ਕਿੰਨੀਆਂ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਪਈਆਂ ਇੱਕ ਦੂਜੇ ਦੀਆਂ ਕੋਲ। ਇਹ ਸਹੀ ਗੱਲ ਹੈ ਸਰ, ਸਹੀ ਗੱਲ ਹੈ। ਸੁੱਚਾ ਸਿੰਘ ਛੋਟੇਪੁਰ ਨੂੰ ਉਹ ਰਿਕਾਰਡਿੰਗ ਨਹੀਂ ਮਾਰਿਆ ਤਾਂ ਕਿਹੜੀ ਰਿਕਾਰਡਿੰਗ ਅੱਜ ਤੱਕ ਪਤਾ ਹੀ ਨਹੀਂ ਲੱਗਾ ਸਰ। ਸਹੀ ਗੱਲ ਹੈ।